300 ਰੁਪਏ ਦਾ ਜਿਹੜਾ ਦੁੱਧ ਆਇਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੱਦਾਂ ਮੈਂ 250 ਤਾਂ ਤੁਸੀਂ ਦੇਣਾ ਨਾ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਇਹ ਆਪਾਂ ਉਹ ਪੈਕਟ ਤਾਂ ਰੱਖ ਸਕਦੇ ਹਾਂ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ਼ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਖਾਣ ਵਾਲੀ ਹੁੰਦੀ ਆ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜੀਨ ਅਨਹਾਈਜੀਨਿਕ ਹਾਲਾਤਾਂ 'ਚ ਬਰਫ਼ ਬਣਾਉਂਦੇ ਆ ਤੇ ਇਹ ਕਿੰਨੇ ਕੁ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 250 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਲਗਭਗ 300 ਰੁਪਏ ਦਾ ਜਿਹੜਾ ਦੁੱਧ ਆਇਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੱਦਾਂ ਮੈਂ 250 ਤਾਂ ਤੁਸੀਂ ਦੇਣਾ ਨਾ ਜਿਹੜਾ ਲੋਕਾਂ ਨੂੰ ਜਿਹਦਾ ਬਾਰ ਬਾਰ ਮੈਂ ਕਈ ਮੀਡੀਆ 'ਤੇ ਕਿੰਨੀ ਵਾਰ ਉਠਾਇਆ ਵੀ ਜਿਹੜਾ 150 ਰੁਪਏ ਕਿਲੋ ਪਨੀਰ ਵਿਕਦਾ ਨਾ ਇਹ ਉਹ ਗੱਡੀਆਂ ਗੱਡੀਆਂ ਇੱਧਰੋਂ ਗੁਰਦਾਸਪੁਰੋਂ ਆਉਂਦੀਆਂ ਹਾਂਜੀ ਗੁਰਦਾਸਪੁਰੋਂ ਹੀ ਆਉਂਦੀਆਂ ਇਸੇ ਸਾਈਡ 'ਤੇ ਆਉਂਦੀਆਂ ਚਾਹੇ ਉਹ ਟਾਂਡੇ ਏਰੀਏ 'ਚ ਜਾ ਕੇ ਬਾਰਡਰ 'ਤੇ ਲੈ ਲਓ ਨਾਕਾ ਲਾ ਦਿਓ ਉੱਧਰ ਵੀ ਲੈ ਲਏ ਲਾ ਲਈਦਾ ਅਤੇ ਇੱਥੇ ਵੀ ਲਾ ਲਿਆ ਅੱਜ ਪਨੀਰ ਜਿਹੜਾ ਪੰਜਾਬ 'ਚ ਸਿੰਥੈਟਿਕ ਆਪਾਂ ਨਾ ਕਹੀਏ ਅੱਛਾ ਕਿਉਂਕਿ ਪਨੀਰ ਜਦੋਂ ਫੜਾਂਗੇ ਫਿਰ ਲੈਬੋਰੇਟਰੀ ਨੂੰ ਫੂਡ ਐਂਡ ਡਰੱਗ ਲੈਬ ਨੂੰ ਭੇਜਾਂਗੇ ਅਤੇ ਉਹ ਦੇਖੇ ਰਿਜ਼ਲਟ ਫਿਰ ਆਪਾਂ ਕਹਾਂਗੇ ਇਹਨਾਂ ਨੂੰ ਹਾਂ ਸ਼ੱਕੀ ਪਨੀਰ ਕਹਿੰਦੇ ਹਾਂ ਵੀ ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਠੀਕ ਹੈ ਸ਼ੱਕੀ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਟੀਮ ਪੂਰੀ ਤਿਆਰ ਹੈ ਇਹਨਾਂ ਜ਼ਰੂਰ ਆ ਵੀ ਉਹ ਪਨੀਰ ਮਿਆਰ ਹੀ ਨਹੀਂ ਹੈਗਾ ਪਨੀਰ ਸਹੀ ਨਹੀਂ ਮਿਆਰ ਹੀ ਨਹੀਂ ਹੈਗਾ ਠੀਕ ਹੈ ਅਤੇ ਪੂਰੀ ਟੀਮ ਮੈਂ ਦੇਖ ਰਿਹਾ ਵੀ ਆਏ ਅੱਜ ਪੂਰਾ ਤਗੜਾ ਨਾਕਾ ਹੈ ਉੱਧਰ ਖੜੇ ਮੁਲਾਜ਼ਮ ਉੱਧਰ ਖੜੇ ਸਰ ਉੱਧਰ ਕਿਹੜੀ ਜਗ੍ਹਾ ਆ ਜਾਓ ਇੱਧਰ ਇੱਧਰ ਆਓ ਪਨੀਰ ਕਿੱਥੇ ਬਣਦਾ ਗੁਰਦਾਸਪੁਰ ਮੱਲੋਵਾਲ ਜਰਾ ਉੱਚੀ ਬੋਲ ਕੇ ਦੱਸਣਾ ਮੈਨੂੰ ਥੋੜਾ ਸੁਣਦਾ ਉੱਚੀ ਆ ਅੱਛਾ ਮੱਲੋਵਾਲ ਕੀ ਨਾਮ ਆ ਤੁਹਾਡਾ ਮੇਰਾ ਓਂਕਾਰ ਸ਼ਰਮਾ ਓਂਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਕੁ ਹੈਗਾ ਇਹ ਲੋਕੇਸ਼ਨ ਡੇਰੀ ਆ ਕੀ ਆ ਇਹ ਜਿੱਥੇ ਬਣਦਾ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮਾਂ ਦੁਰਗਾ ਕਿੱਥੇ ਕੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨਹਿਰ ਪੰਡੋਰੀ ਨਹਿਰ ਪੰਡੋਰੀ 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 ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਕਿੱਥੇ ਥੋੜਾ ਜਿਹਾ ਸਾਨੂੰ ਮੱਲੋਵਾਲ ਹੀ ਆ ਜੀ ਮਾਂ ਦੁਰਗਾ ਹੈ ਇਹ ਹੈ ਕਿੱਥੇ ਕਾ ਮੱਲੋਵਾਲ ਨਹਿਰ ਪੰਡੋਰੀ ਮਨਤਾ ਦੇ ਪੰਡੋਰੀ ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ ਦੀਪਕ ਕੁਮਾਰ ਦੀਪਕ ਕੁਮਾਰ ਜੀ ਅੱਛਾ ਕਿੰਨਾ ਕੁ ਗੱਡੀਆਂ ਕੱਢਦੇ ਆ ਰੋਜ਼ ਇੱਥੋਂ ਬਸ ਐਵੇਂ ਹੀ ਕੋਈ ਗੱਡੀ ਕੱਢਦੇ ਕਿੱਥੇ ਕਿੱਥੇ ਦੂਜੇ ਕਿੱਥੇ 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 ਪਨੀਰ ਦੇਣਾ ਹੈ ਹਾਂਜੀ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਰ ਇੱਕ ਤੇ ਹਰਿਆਣਾ ਭੁੰਗਾ ਹਰਿਆਣੇ ਭੁੰਗਾ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਜਲੰਧਰ ਦੇਣਾ ਅੱਛਾ ਕਿਸ ਰੇਟ 'ਤੇ ਪਨੀਰ ਵੇਚਣਾ ਹੈ ਕਿਸ ਰੇਟ 'ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਓ ਪਨੀਰ ਦੇਖੀ ਇੱਕ ਮਿੰਟ ਪ੍ਰਾਈਸ ਲਾਈ ਲਓ ਕੋਈ ਨਹੀਂ ਕੋਈ ਦਿੰਦਾ ਜਾ ਵੀ ਹੁੰਦਾ
ਆਹ ਕੀ ਆ ਪੇਟੀ ਜੀ? ਨਹੀਂ ਇਹ ਕੰਡਾ ਸਰ, ਕੰਡਾ ਕੰਡਾ ਆ। ਇਹਨੂੰ ਜਰਾ ਉੱਪਰ ਚੱਲ ਜਾ, ਖੋਲਦੇ ਸਾਰੇ ਡਰਾਂ। 250 ਰੁਪਏ ਪਨੀਰ ਨਹੀਂ ਦੇਣਾ, ਤੁਹਾਡੇ ਤੋਂ 250 ਨਹੀਂ ਲੈ ਸਕਦੇ, ਕੋਈ ਗੱਲ ਨਹੀਂ। ਪਨੀਰ ਦੇ ਦੋ ਲੋ ਇੱਕ ਇੱਕ ਚ ਕਿੰਨੇ ਕਿੰਨੀਆਂ ਰੱਖੀਆਂ? ਇੱਕ ਇੱਕ ਚ ਦਸ ਦਸ, ਪੰਜ ਪੰਜ ਕਿਲੋ ਦੀ ਇੱਕ। ਸ਼ਰਮਾ ਜੀ ਸਾਢੇ ਪੰਜ, ਪੰਜ ਸਾਢੇ ਪੰਜ ਹੈ ਨਾ, ਇਹ ਦਸ ਦਸ ਇੱਕ ਚ ਹੈ। ਹਾਂ ਪੰਜ ਪੰਜ ਕਿਲੋ ਵਾਲੇ ਸਰ, ਕਿਹੜੇ? ਇਹ ਪੈਕਿੰਗ ਹੈ। ਚਲੋ ਇਹ ਸਾਰਿਆਂ ਚ ਦਸ ਦਸ ਕਿਲੋ ਤਾਂ ਹੋਊਗਾ ਜੀ। ਸ਼ਰਮਾ ਜੀ ਸਾਰਿਆਂ ਚ ਦਸ ਦਸ ਕਿਲੋ ਪੈਕਿੰਗ, ਮਤਲਬ 4 ਕੁਇੰਟਲ ਪਨੀਰ ਤਾਂ ਹੈਗਾ। ਖੋਲ ਕੇ ਦਿਖਾ। 4 ਨਹੀਂ ਹੋਣਾ ਸਰ, 5 ਸਾਢੇ 5 ਆਹੋ, ਮਤਲਬ ਇੰਨਾ ਕੁ ਲਗਭਗ ਹਿਸਾਬ ਮੈਂ ਲਾ ਲਿਆ। ਹਾਂ ਚਲੋ ਠੀਕ ਹੈ ਸਰ, ਲਗਭਗ ਇੰਨਾ। ਖੋਲ ਕੇ ਦਿਖਾ। ਇਹ ਤਾਂ ਜੋ ਕੇ ਅਸੀਂ ਜੋ ਕੇ ਵੀ ਆ ਜਾਓ, ਇੱਧਰ ਆ ਜਾਓ ਸ਼ਰਮਾ ਜੀ, ਮੇਰੇ ਲੱਗ ਗਿਆ। ਇਹਨੂੰ ਖੋਲੋ, ਆ ਜਾਓ ਯਾਰ, ਠੰਡ ਲੱਗਦੀ ਜ਼ਿਆਦਾ, ਬਰਫ ਹੋ ਪਈ। ਇਹ ਬਰਫ ਕਿੱਥੋਂ ਲਈ ਆ? ਕਾਰਖਾਨਾ ਵੀ ਆ ਬਰਫ ਦਾ, ਉਹਦਾ ਤੁਹਾਨੂੰ ਪਤਾ ਵੀ ਇਹ ਬਰਫ ਜਿਹੜੀ ਆ ਇਹ ਆਪਾਂ ਉਹ ਪੈਕਟ ਤਾਂ ਰੱਖ ਸਕਦੇ ਹਾਂ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ, ਕਿਉਂਕਿ ਬਰਫ ਖਾਣ ਵਾਲੀ ਨਹੀਂ ਹੁੰਦੀ। ਖਾਣ ਵਾਲੀ ਹੁੰਦੀ ਹੈ, ਖਾਣ ਵਾਲੀ ਹੁੰਦੀ ਬਰਫ, ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜੀਨ ਅਨਹਾਈਜੀਨਿਕ ਹਾਲਾਤਾਂ 'ਚ ਬਰਫ ਬਣਾਉਂਦੇ ਆ। ਚਾਰ ਕੁਇੰਟਲ ਪਨੀਰ ਤਾਂ ਇਹਨਾਂ ਚ ਹੀ ਹੈਗਾ, ਚਾਰ ਤੋਂ ਉੱਪਰ ਹੀ ਆ, ਬਾਕੀ ਜਿਹੜਾ ਉਹ ਪੈਕਡ ਆ ਉਹ ਲੱਗ ਆ। ਇਹ ਪਨੀਰ ਨਾ ਸ਼ਰਮਾ ਜੀ ਥੋੜਾ ਜਿਹਾ ਹੱਥ ਪਾਓ ਤੇ ਥੋੜੇ ਜਿਹਾ ਕੱਢ ਕੇ ਬਾਹਰ ਰੱਖ ਦਿਓ, ਇੱਥੇ ਬਾਅਦ ਚ ਰੱਖ ਲਿਓ ਵਿੱਚ। ਨਹੀਂ ਨਹੀਂ ਕੁਛ ਨਹੀਂ ਆਉਂਦਾ ਔਰੇ ਆ। ਦੱਸੋ ਕੀ ਮੁੱਢਲੀ ਜਾਣਕਾਰੀ ਕੀ ਨਿਕਲੇ? ਦੇਖੋ ਇਹ ਪਨੀਰ ਜਿਹੜਾ ਨਾ, ਜਿਹੜਾ ਪਨੀਰ ਅਸੀਂ ਜਿਹਦੀ ਪਨੀਰ ਦੀ ਭਾਲ ਝੋਨੇ ਪੇ ਇਧਰੋਂ ਆਉਂਦਾ ਆ ਸਾਡੇ, ਇਹ ਉਹੀ ਗੱਡੀਆਂ। ਅੱਛਾ, ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਤੇ ਪਤਾ ਨਹੀਂ ਇਹਨੂੰ ਘੁੰਮੇਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ, ਆਉਂਦਾ ਇੱਧਰੋਂ ਹੀ ਆ। ਅੱਛਾ, ਔਰ ਗੱਡੀਆਂ ਕਾਫੀ ਆਉਂਦੀਆਂ, ਇੱਕ ਨਹੀਂ ਆਉਂਦੀਆਂ। ਇਹ ਦੇਖੋਗੇ ਤੁਸੀਂ ਇਹਦੇ ਵਿੱਚ ਆਹ ਜਿਹੜਾ 8 ਇਹ ਜਿਹੜੇ ਬੋਕਸਿਸ ਹੈਗੇ ਡੱਬੇ, ਤੇ ਇਹ ਕਹਿੰਦਾ ਵੀ 10 ਆ, ਪਰ ਮੈਨੂੰ ਇਹ 10 ਨਹੀਂ, ਮੈਨੂੰ 10 ਤੋਂ ਜ਼ਿਆਦਾ ਲੱਗਦੇ। ਅੱਛਾ ਜੀ, 10 ਨਹੀਂ ਹੈਗੇ। ਇੱਕ 5-5.5 ਕਿਲੋ ਦਾ ਇਹ ਕਹਿੰਦਾ, ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜਿਹੀ ਬਣਾਈ, ਇੱਦਾਂ ਹੀ ਬਣਾਉਂਦੇ ਆ, ਪਤਲੇ ਜਿਹੇ ਕੱਪੜੇ 'ਚ ਰੱਖਦੇ ਆ।
ਇਹ ਬਰਫ਼ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ। ਜਾਂ ਤਾਂ ਹੋਵੇ ਨਾ ਇੱਦਾਂ, ਚਲੋ ਆਹ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ, ਪਰ ਉਹਦੇ ਵਿੱਚ ਜਾ ਸਕਦਾ ਉਹ ਅਨਹਾਈਜੀਨਿਕ ਹਾਲਾਤਾਂ 'ਚ ਬਰਫ਼ ਆ, ਵੀ ਹਾਈਜੀਨ ਦਾ ਤਾਂ ਖਿਆਲ ਹੈ ਨਹੀਂ ਨਾ, ਹੈ ਨਾ। ਅਤੇ ਇਹ ਸਪਲਾਈ ਕਿੱਥੇ ਕਿੱਥੇ ਕਰਨੀ ਤਾਂ? ਇਹ ਸਪਲਾਈ ਕਹਿ ਰਿਹਾ ਵੀ ਜਲੰਧਰ ਤੱਕ ਵੀ ਜਾਣੀ ਆ, ਟਾਂਡਾ ਜਾਣੀ ਆ, ਅਤੇ ਇੱਥੇ ਵੀ ਜਾਣੀ ਆ, ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ। ਅਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ, ਅਸੀਂ ਸੈਂਪਲ ਲਵਾਂਗੇ। ਮੈਂ ਚਾਰ ਕੱਢ ਲਿਆ, ਚਾਰ ਸੈਂਪਲ ਪਨੀਰ ਦੇ ਲਵਾਂਗੇ ਅੱਡ ਅੱਡ ਜਗ੍ਹਾ ਨੂੰ, ਠੀਕ ਹੈ, ਸਾਰੇ ਟੈਸਟ ਵਾਸਤੇ ਭੇਜਾਂਗੇ। ਮੇਰੀ ਨਜ਼ਰ 'ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਂਦੇ ਹਾਂ, ਠੀਕ ਹੈ। ਹਾਂਜੀ ਡਾਕਟਰ ਸਾਹਿਬ, ਕਿੰਨਾ ਕੁ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ? ਮੈਂ ਇਹ ਚਾਹੁੰਦਾ ਵੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ, ਸਾਨੂੰ ਅੰਦਾਜ਼ਾ ਲੱਗ ਜੂ, ਇੱਕ ਵਾਰੀ ਪਤਾ ਲੱਗ ਜੂ ਇੱਕ 'ਚੋਂ ਸਾਰਾ ਕੱਢ ਲਈਏ। ਸ਼ਰਮਾ ਜੀ, ਇੱਕ ਡੱਬੇ 'ਚ ਹੈਗਾ ਘੱਟੋ ਘੱਟ 60 ਕੁ ਹੈਗਾ, ਅਤੇ ਉਹ 60 ਕਿਲੋ ਪਨੀਰ ਆ, 8 8 ਬਾਕਸਿਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ, ਅਤੇ ਜੇ 60 ਕਿਲੋ 8 6 48 ਅਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤਾਂ ਇਹ ਹੈਗਾ, ਬਾਕੀ ਪੈਕਡ ਹੈਗਾ। ਖੁੱਲ੍ਹੇ ਤਾਂ ਲਵਾਂਗਾ ਸੈਂਪਲ, ਜਿਹੜਾ ਖੁੱਲ੍ਹਾ ਕੱਢਿਆ ਉਹ ਪਤਲੇ ਜਿਹੇ ਕੱਪੜਿਆਂ 'ਚ ਜਿਹੜਾ। ਡਾਕਟਰ ਸਾਹਿਬ ਦੱਸਿਆ ਕਿੱਥੋਂ ਆ ਰਿਹਾ ਇਹ, ਕਿੱਥੇ ਬਣ ਰਿਹਾ, ਇੰਨੀ ਦੁੱਧ ਦੀ ਹੈਗੀ ਹੈ ਕਪੈਸਿਟੀ ਵੀ ਇੰਨੇ ਨਾ ਪਨੀਰ ਬਣ ਕੇ ਆ ਰਹੇ? ਗੁਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਹੇ ਆ ਰਹੇ ਹੈ ਨਾ, ਕਿੱਥੋਂ ਬਣ ਰਿਹਾ? ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ, ਉਹਨਾਂ ਦੇ ਜਿਹਨ 'ਚ ਨਹੀਂ, ਉਹਨਾਂ ਦੇ ਧਿਆਨ 'ਚ ਨਹੀਂ ਹੋਊਗਾ ਜੀ? ਦੇਖੋ ਉੱਥੇ ਹੈ ਤਾਂ ਸਹੀ ਹੈ, ਇਹ ਤਾਂ ਸਾਡੇ ਪ੍ਰੀਮਿਸਿਸ ਵਿੱਚ ਸਾਡੇ ਜੁਰੀਡਿਕਸ਼ਨ ਜਦੋਂ ਆ ਗਿਆ, ਅਸੀਂ ਸੈਂਪਲ ਲੈਣੇ, ਅਸੀਂ ਕਾਰਵਾਈ ਕਰਨੀ ਹੈ। ਪਰ ਪਨੀਰ ਇੱਦਾਂ ਘੱਟ ਹੁੰਦਾ ਵੀ ਹੁਸ਼ਿਆਰਪੁਰ ਤੋਂ ਉੱਧਰ ਜਾਂਦਾ ਜਾਂ ਜਲੰਧਰ ਤੋਂ ਗੁਰਦਾਸਪੁਰ ਵੱਲ ਜਾਂਦਾ, ਇੱਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ। ਜਿਹੜਾ ਆਉਂਦਾ ਪਨੀਰ ਇੱਧਰੋਂ ਹੀ ਆਉਣਾ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਇੰਨਾ ਕਿੱਥੋਂ ਆਉਂਦਾ, ਪਰ ਜਿੰਨੇ ਕੁ ਸੈਂਪਲ ਦੁੱਧ ਦੇ ਪਨੀਰ ਦੇ ਲਏ ਆ, ਪਾਸ ਪੂਸ ਨਹੀਂ ਆਉਂਦੇ ਜ਼ਿਆਦਾ, ਸਭ ਸਟੈਂਡਰਡ ਪਨੀਰ ਆਉਂਦਾ। ਇਹ ਫਿਰ ਬਣਦੇ ਕਾਹਦੇ ਨਾਲ? ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ, ਲਾ ਲੈਂਦੇ ਤੋਂ। ਹਾਂਜੀ, ਇਹ ਵਾਲਾ ਕਾਹਦੇ ਨਾਲ ਬਣਾਉਂਦੇ? ਇਹ ਤਾਂ ਇਹ ਦੱਸੂਗਾ ਸ਼ਰਮਾ ਜੀ, ਵੀ ਤੁਰੇ ਇੱਕ ਬੰਦਾ, ਇਹਦੀ ਤਨਖਾਹ ਹੋਈ, ਆ ਗੱਡੀ ਦਾ ਖਰਚਾ, ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ, ਫਿਰ ਇਹਦੇ ਪਨੀਰ ਚੋਂ ਇਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ, ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓਗੇ? ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਪਿਆ ਹੋਊਗਾ, ਤਾਂ ਜਾ ਕੇ ਇਹ ਅੱਗੇ ਸੇਲ ਲਈ ਤੁਰੂਗਾ ਬੰਦਾ, ਠੀਕ ਹੈ। ਮਤਲਬ ਉਹ ਜਿਹੜਾ ਪਨੀਰ ਆ ਜਿਹੜਾ ਇੱਦਾਂ, ਅਤੇ ਉਹ ਪਨੀਰ ਮੈਂ ਪਹਿਲਾਂ ਵੀ ਡਾਕਟਰ ਸਾਹਿਬ ਇਹ ਜ਼ਰੂਰ ਪੁੱਛਿਓ ਵੀ ਕਿਵੇਂ ਕਿੰਨਾ ਦੁੱਧ ਖਰੀਦੇ, ਕਿੰਨਾ ਕੁ ਬਣਦਾ ਹੈਗਾ? ਸੈਂਪਲਿੰਗ ਜਿਹੜੀ ਹੈ ਇਸ ਪਨੀਰ ਦੀ ਔਰ ਕੁਇੰਟਲਾਂ ਦੇ ਹਿਸਾਬ ਦੇ ਨਾਲ ਆਪਣੇ ਮੁਲਾਜ਼ਮ ਕਿੱਥੇ ਜਿਹੜਾ ਨਾ ਇਹ ਬਰਫ਼ ਆ, ਇਹ ਤੁਹਾਡੀ ਫੈਕਟਰੀ ਦੀ ਬਰਫ਼ ਹੈ, ਫੈਕਟਰੀ ਦੀ ਬਰਫ਼ ਹੈ ਨਾ। ਫੈਕਟਰੀ ਦੀ ਜਿਹੜੀ ਬਰਫ਼ ਆ ਉਹ ਜ਼ਰੂਰੀ ਇੱਦਾਂ ਨਹੀਂ ਹੈਗੀ ਵੀ ਉਹ ਤੁਸੀਂ ਡਾਇਰੈਕਟ ਖਾਣ ਲਈ ਵਰਤੋ, ਕਿਉਂਕਿ ਤੁਸੀਂ ਬੜੇ ਕੱਪੜੇ 'ਚ ਲਪੇਟਾ ਹੋਇਆ ਪਨੀਰ ਹੈ,
ਕਿ ਹਾਈਜੀਨ ਦਾ ਖਿਆਲ ਨਹੀਂ ਤੁਸੀਂ ਰੱਖਿਆ, ਠੀਕ ਹੈ, ਕਿਉਂਕਿ ਜਿਹੜਾ ਉਹ ਪੈਕਡ ਪਨੀਰ ਹੈ ਉਹਨੂੰ ਠੰਡਾ ਰੱਖਣ ਲਈ, ਉਹਦਾ ਟੈਂਪਰੇਚਰ ਮੇਨਟੇਨ ਕਰਨ ਲਈ ਤਾਂ ਠੀਕ ਹੈ, ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ, ਵਿੱਚ ਨਾ ਜਾਵੇ, ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼, ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ 'ਚ ਬਣਦੀ, ਉਹ ਖਾਣ ਲਈ ਪਰਪਜ਼ ਲਈ ਨਹੀਂ ਦਿੰਦੇ, ਉਹ ਚਿਲਿੰਗ ਪਰਪਜ਼ ਲਈ ਹੈ, ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹਨੂੰ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ 'ਚੋਂ ਡਾਇਰੈਕਟਲੀ ਨਾ ਜਾਵੇ, ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਏ ਆ ਅਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ, ਉਹ ਬਰਫ਼ ਵਾਲੀ ਚੀਜ਼ ਜੇ ਉਹਦੇ 'ਚ ਬੈਕਟੀਰੀਆ ਆਇਆ ਕੋਈ ਹੈਗਾ ਹਨਾ, ਉਹ ਚੀਜ਼ ਉਹ 'ਚ ਜਾਊਗੀ ਪਨੀਰ ਦੇ, ਇਸ ਕਰਕੇ ਉਹ ਇਸ ਪਰਪਜ਼ ਲਈ ਨਹੀਂ ਹੈਗੀ। ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ, ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੁਛ ਚੀਜ਼, ਇਹ ਤੁਹਾਡੀ ਜਾਂਦੀ ਹੈ, ਠੀਕ ਹੈ ਸਰ, ਇਹ ਧਿਆਨ ਰੱਖੋ। ਤਾਂ ਟੈਂਪਰੇਚਰ ਤਾਂ ਮੇਨਟੇਨ ਕਰਨਾ, ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜੀਨ ਦਾ ਵੀ ਖਿਆਲ ਰੱਖਣਾ ਵੀ ਬੈਕਟੀਰੀਆ ਨਾ ਉਹਦੇ 'ਚ ਚਲ ਜਾਣ, ਖਾ ਕੇ ਬਿਮਾਰ ਹੀ ਨਾ ਹੋ ਜਾਣ ਲੋਕੀ। ਸ਼ਰਮਾ ਜੀ ਇਹ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ, ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਿਹਦਾ ਪਨੀਰ ਬਣਦਾ। ਸਰ ਦੁੱਧ ਤਾਂ ਇਹ ਬਣ ਗਿਆ ਸਰ। ਹਾਂ, ਇਹ ਕਿੰਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ? ਮੈਨੂੰ ਤਾਂ ਸਰ 6-7 ਮਹੀਨੇ ਹੋਏ ਆ। ਤੁਹਾਡੀ ਡਿਊਟੀ ਸਿਰਫ ਸਪਲਾਈ ਕਰਨ ਤੇ ਆ? ਇਹ ਕਿੱਥੇ ਕਿੱਥੇ ਸਪਲਾਈ ਕਰਨਾ ਤੁਸੀਂ? ਇਹ ਹਰਿਆਣਾ ਭੂਗਾ ਕਰਨਾ, ਜਲੰਧਰ ਕਰਨਾ। ਜਲੰਧਰ ਕਰਨਾ, ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰਨਾ ਤੁਸੀਂ? ਕੋਈ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਕਰਨਾ ਤੁਸੀਂ? ਸਰ ਕੀ ਦੱਸਾਂ। ਨਹੀਂ ਤੁਸੀਂ ਘਬਰਾਓ ਨਾ, ਘਬਰਾਉਣ ਵਾਲੀ ਤੁਸੀਂ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣ ਵਾਲੀ ਕੋਈ ਗੱਲ ਨਹੀਂ। ਸਟਾਫ ਹੋ ਜਾਊਗਾ ਉਹ ਤਾਂ ਕੋਈ ਉਹ ਨਹੀਂ, ਉਹ ਸੈਂਪਲ ਸਟਾਫ ਹੋ ਜਾਣਾ। ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ, ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ? ਸਾਰਾ ਹੀ ਕਲੈਕਸ਼ਨ ਸੈਂਟਰ ਕੋਲ ਹੈ। ਅੱਛਾ ਜੀ, ਹਾਂਜੀ, ਕਿੰਨਾ ਕੁ ਦੁੱਧ ਆਉਂਦਾ ਜੀ ਉੱਥੇ? ਉੱਥੇ ਇੱਕ ਸੈਂਟਰ ਤੇ 11-12 ਕੁਇੰਟਲ ਤੇ ਆਉਂਦਾ ਜੀ। ਤੇ ਇਹ ਕਿੰਨੇ ਕੁ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ? ਇਹ 250 ਰੁਪਇਆ ਵੇਚਣਾ ਸਰ। ਇਹ 250 ਤੁਸੀਂ ਵੇਚਣਾ ਕਿਲੋ? ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ? ਇਹ ਲਗਭਗ ਹੋਣਾ ਜੀ 3.5-4 ਦੇ ਵਿੱਚ ਹੋਣਾ ਕੁਇੰਟਲ। ਹਾਂਜੀ, ਪਰ ਅਸੀਂ ਇਹ ਤੋਲ ਕੇ ਨਹੀਂ ਲਿਆਉਂਦਾ, ਉਹਨਾਂ ਨੇ ਤੋਲਿਆ, ਸਾਨੂੰ ਪਤਾ ਜਿਨ੍ਹਾਂ ਨੇ ਪ੍ਰੋਪਰ ਮਾਲਕਾਂ। ਸ਼ਰਮਾ ਜੀ, ਜਿਹੜੀ ਚੀਜ਼ ਮਾਲ ਲੈ ਕੇ ਤੁਰੇ ਹੋ ਆ, ਤੁਹਾਨੂੰ ਬਿਲਕੁਲ ਪਤਾ ਮਾਲਕ ਕੌਣ ਆ, ਕੀ ਨਾਂ ਉਹਨਾਂ ਦਾ? ਦੀਪਕ ਕੁਮਾਰ। ਦੀਪਕ ਕੁਮਾਰ ਜੀ, ਇਹ ਦੱਸੋ ਵੀ ਜਿਹੜਾ ਤੁਸੀਂ ਕਿਹਾ ਵੀ ਇੱਕ 'ਚ 10 ਤੁਹਾਡੀਆਂ ਉਹ ਜਿਹੜੇ ਪੈਕਿੰਗ ਹੈਗੀਆਂ ਹਨਾ ਪਨੀਰ ਦੀਆਂ, ਬਿਲਕੁਲ ਸਰ। ਔਰ ਤੁਸੀਂ ਇਹ ਕਿਹਾ ਵੀ 5 ਤੋਂ 5.5 ਕਿਲੋ ਪਨੀਰ ਹਨਾ, ਠੀਕ ਹੈ ਨਾ? ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ 'ਚ ਪਨੀਰ ਹੈਗਾ, ਡੱਬੇ ਕਿੰਨੇ ਆ? 8, ਠੀਕ ਹੈ। ਉਹਦਾ ਮਤਲਬ ਇਹ ਹੈ 8-48 ਲਗਭਗ ਤੁਹਾਡਾ 4.5 ਕੁਇੰਟਲ 4.5 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ 'ਚ। ਹਿਸਾਬ ਠੀਕ ਕਰ ਲਓ ਆਪਣਾ ਜ਼ਰਾ। ਨਹੀਂ ਨਹੀਂ ਸਾਹਿਬ, ਸਰ ਨਹੀਂ ਉੱਦਾਂ ਤਾਂ ਤੁਸੀਂ ਤੁਰਦੇ ਨਹੀਂ, ਇਹ ਤਾਂ ਹੈ ਨਹੀਂ ਵੀ ਉੱਦਾਂ ਹੀ ਲੁੱਟਦਾ ਮਾਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਹੈਗਾ ਯਾਰ, ਚੀਜ਼ ਦਾ ਦੱਸੋ ਵੀ ਇੰਨੇ ਕੁਇੰਟਲ ਮੇਰਾ ਮਾਲ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸਰ। ਅਗਲੀ ਗੱਲ ਉਹਨੇ ਪ੍ਰੋਪਰ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4 ਕੁਇੰਟਲ 80 ਕਿਲੋ, 3 ਕੁਇੰਟਲ 85 ਕਿਲੋ ਪਨੀਰ, ਕਿਉਂ ਨਹੀਂ ਪਤਾ ਹੋਣਾ ਚਾਹੀਦਾ? ਲਗਭਗ ਦੱਸੋ ਨਾ ਥੋੜ੍ਹਾ ਬਹੁਤ। ਅੱਛਾ ਚਲੋ, ਮਾਲਕ ਨਹੀਂ ਦੱਸਦੇ ਤੁਸੀਂ ਤਾਂ ਇਸ ਵੇਲੇ ਤੁਸੀਂ ਸਾਡੇ ਲਈ ਮਾਲਕ ਹੋ। ਅੱਛਾ, ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਕਾਰੀ ਚਾਹੁੰਦਾ ਕਿਉਂਕਿ ਤੁਸੀਂ ਸਾਡੇ ਕੋਲ ਆਏ ਆ, ਜਿਹੜਾ ਪਨੀਰ ਹੈ ਆਪਾਂ ਨੂੰ ਖਰਚਾ ਪੈਣਾ ਨਾ ਇੱਥੇ ਗੱਡੀ ਦਾ ਪੈਣਾ ਨਾ, ਤੁਹਾਨੂੰ ਵੀ ਤਨਖਾਹ ਦੇਣੀ ਹੈ ਨਾ। ਮੇਰਾ ਮੰਨਣਾ ਆ ਵੀ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ, ਤਾਂ ਜਾ ਕੇ ਕਿਉਂਕਿ 250 ਤਾਂ ਤੁਸੀਂ ਵੇਚਣਾ, ਜਲੰਧਰ ਲਈ ਤੇਲ ਵੀ ਫੂਕਣਾ ਐਡੀ ਗੱਡੀ ਦਾ, ਤੁਹਾਡੀ ਵੀ ਤਨਖਾਹ ਕੱਢੂਗੇ, ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ।
ਉਹ ਖਰਚੇ ਵਰਚੇ ਕੱਢ ਕੇ 150-200 ਦੇ ਆਸ ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ, ਨਹੀਂ ਤਾਂ ਕੱਲ੍ਹ ਨੂੰ ਬੰਦ ਹੋ ਜਾਣਾ ਜੇ ਪ੍ਰੋਫਿਟ ਹੀ ਨਾ ਹੋਵੇ ਉਹਦੇ ਵਿੱਚੋਂ। ਤੇ ਅਸੀਂ ਸ਼ਰਮਾ ਜੀ ਦੇਖੋ ਅੱਜ ਅਸੀਂ ਨੌਲੇਜ ਦੀ ਲੈਣਾ ਤੁਹਾਡੇ ਤੋਂ, ਗਿਆਨ ਲੈਣਾ ਪੂਰਾ। ਨਹੀਂ 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 ਮੈਂ ਤੁਹਾਨੂੰ ਥੋੜਾ ਜਿਹਾ ਇਹ ਦੱਸ ਦੋ ਵੀ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ, ਤਜਰਬਾ ਕਰਕੇ ਮੈਂ ਵੀ ਦੇਖਣਾ, ਜਾਂ ਮੈਂ ਦੇਖਿਆ ਵੀ ਆ। ਖੈਰ ਲਗਭਗ 5 ਕਿਲੋ ਬਣਦਾ, ਇੱਕ ਕਿਲੋ ਬਣਦਾ। ਤੇ ਜਿਹੜਾ ਦੁੱਧ ਚੁਆਵਾਂ ਆ, ਚੁਆਵਾਂ ਦੁੱਧ ਹੈ, ਉਹ ਕਿੰਨੇ ਰੇਟ ਤੇ ਮਿਲਦਾ? ਸਹੀ ਦੱਸਣਾ ਚੁਆਵਾਂ ਦੁੱਧ, ਅਸੀਂ ਵੀ ਪਿੰਡਾਂ ਚੋਂ ਲੈਂਦੇ ਦੁੱਧ, ਇਸ ਵੇਲੇ ਅੱਜ ਦੀ ਡੇਟ 'ਚ ਜਿਹੜਾ ਚੁਆਵਾਂ ਦੁੱਧ ਹੈ ਉਹ ਕਿੰਨੇ ਨੂੰ ਲੀਟਰ ਕਿਲੋ ਮਿਲਦਾ? ਮੈਂ ਬੋਲਾਂ ਨਹੀਂ ਦੇਖ, ਭੁਲੇਖਾ ਲੱਗਦਾ। ਨਹੀਂ ਨਹੀਂ ਭੁਲੇਖਾ ਤਾਂ ਨਹੀਂ, ਚਲੋ ਕਿੰਨੇ, ਚਲੋ ਦੱਸੋ ਕਿੰਨੇ ਨੂੰ? 55-60 ਤੇ ਆਈ ਹੈ। ਹਾਂ ਹੁਣ ਮੈਂ ਹਿਸਾਬ ਮੈਥ ਦੱਸਦਾ, ਗਣਿਤ ਤੁਹਾਡਾ ਵੀ ਖਰਾ ਆ, ਅੱਜ ਥੋੜਾ ਮਾੜਾ ਹੋ ਗਿਆ। ਮੈਂ ਤੁਹਾਨੂੰ ਇਹ ਦੱਸਦਾ 55-60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ, 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ, ਠੀਕ ਹੈ ਜੀ? ਇਹਦਾ ਮਤਲਬ ਆ ਵੀ 60 ਰੁਪਏ ਜੇ ਦੁੱਧ ਚੌਵਾਂ ਦੁੱਧ 60 ਤੋਂ ਘੱਟ ਨਹੀਂ ਦੇ ਸਕਦਾ ਕੋਈ, ਮੈਨੂੰ ਵੀ ਪਤਾ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ। ਸੋ ਉਹ 60 ਰੁਪਏ ਦਾ ਜੇ ਲਾਈਏ ਤਾਂ ਸ਼ਰਮਾ ਜੀ ਦੇ ਮੁਤਾਬਕ, ਸ਼ਰਮਾ ਜੀ ਤੁਹਾਡੇ ਮੁਤਾਬਕ, ਹੁਣ ਗਲਤੀ ਨਾ ਵਾਰ ਵਾਰ ਕਰੀ ਜਾਓ ਹਰ ਵਾਰ, ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ, 5 ਲੀਟਰ ਦੁੱਧ ਕਿੰਨੇ ਦਾ ਆਊਗਾ ਚੌਵਾਂ ਦੁੱਧ? ਪ੍ਰੋਫਿਟ ਵੀ ਤਾਂ ਕੱਢੋਗੇ, ਖਰਚੇ ਵੀ ਕੱਢੋਗੇ, ਤਾਂ ਉਹ ਤੁਹਾਨੂੰ 150-200 ਦੇ ਆਸ ਪਾਸ ਪਊਗਾ, ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਧੰਦਾ ਹੋ ਹੀ ਨਹੀਂ ਸਕਦਾ, ਨਹੀਂ ਤਾਂ ਬੰਦ ਹੋ ਜਾਊਗਾ। ਤੁਸੀਂ ਮੈਨੂੰ ਹੁਣ ਦੱਸੋ ਵੀ ਕਿੱਦਾਂ ਪੁੱਗ ਸਕਦਾ ਪਨੀਰ ਤੁਹਾਨੂੰ? ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ, ਮੇਰੇ ਹੋਰ ਵੀ ਭਰਾਵਾਂ ਨੂੰ, ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣਕਾਰੀ ਦੇਣੀ ਚਾਹੁੰਦਾ, ਤੁਹਾਡੇ ਮੁਤਾਬਕ 300 ਦੇ ਆਸ ਪਾਸ ਕਿਲੋ ਪਨੀਰ ਬਣਦਾ ਆ, ਤੁਸੀਂ ਕਿੱਦਾਂ ਦੇ ਦਿੰਦੇ 250 ਨੂੰ, ਜਦਕਿ ਤੁਹਾਡੇ ਖਰਚੇ ਵੀ ਬਹੁਤ ਬਣੇ? ਅੱਜ ਥੋੜ੍ਹਾ ਜਿਹਾ ਦੱਸੋ ਨਾ। ਨਹੀਂ ਆਪਾਂ ਨਹੀਂ, ਧੱਕਾ ਨਹੀਂ, ਧੱਕਾ ਨਾ ਕਰੋ, ਕੀ ਫਰਕ ਪਏਗਾ? ਇਹਦਾ ਮਤਲਬ ਆ ਵੀ ਜਿਹੜਾ ਚੌਵਾਂ ਦੁੱਧ ਆ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਆ। ਮੈਂ ਤਾਂ ਤੁਹਾਨੂੰ ਦੱਸਿਆ ਜੀ, ਮੈਂ ਸ਼ੇਅਰੀ ਕਰਨ ਵਾਲਾ, ਮੈਨੂੰ ਇੰਨੀ ਨੌਲੇਜ ਨਹੀਂ ਹੈਗੀ, ਨਾਲੇ ਸਭ ਕੁਛ ਹੈਗੀ ਆ। ਅੱਜ ਨਦਾਨ ਬਣ ਗਏ, ਬਣਨਾ ਵੀ ਪੈਣਾ, ਬਣਨਾ ਵੀ ਪੈਣਾ। ਚਲੋ ਕਰੋ, ਪਰ ਹੁਸ਼ਿਆਰਪੁਰ ਦੀ ਸੇਵਾ, ਜਲੰਧਰ ਤੱਕ ਵੀ ਸੇਵਾ ਕਰਨਗੇ। ਸੇਵਾ ਹੀ ਕਰ ਰਹੇ ਹੋ, 200 ਜਦੋਂ ਗੁਣਾ ਕਰ ਲਓ 300 ਰੁਪਈਆ ਬਣ ਜਾਂਦਾ ਸਿੱਧੇ ਤੌਰ ਦੇ ਉੱਤੇ, ਤੇ ਪਨੀਰ ਦਾ ਰੇਟ ਹੈ 250। ਇਹ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਬਾਅਦ ਦੀ ਗੱਲ ਹੈ, ਸ਼ੱਕੀ ਪਨੀਰ ਹੈ, ਸੈਂਪਲਿੰਗ ਕੀਤੀ ਜਾ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸੈਂਪਲਾਂ ਦੇ ਵਿੱਚ ਕੀ ਨਿਕਲਦਾ ਉਹ 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 ਬਾਅਦ ਦੀ ਗੱਲ ਹੈ, ਪਰ ਆਪਦੀ ਕੜੀ ਤੁਸੀਂ ਇਸ ਰੇਟ ਕਰੀਮ ਲਾ ਲੈਣੀ ਜੋ ਤਜਰਬਾ ਜੋ ਕੰਮ ਦੀ ਚੀਜ਼ਾਂ ਜਾਂ ਨਹੀਂ, ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ, ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ, ਸਬ ਸਟੈਂਡਰਡ। ਉਹ ਤਾਂ ਆਪ ਹੀ ਮੰਨੇ ਨੇ ਕਿ ਫੈਟ ਥੋੜੀ ਲਾਉਣੀ ਪੈਂਦੀ,
ਮਤਲਬ ਗੱਲ ਤਾਂ ਇਹੀ ਆ ਨਾ, ਸ਼ੱਕੀ ਕਿਉਂ ਸ਼ੱਕੀ ਹੈ ਪਨੀਰ? ਵੈਸੇ ਸ਼ੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ, ਉਹ ਤਾਂ ਲੈਬੋਰੇਟਰੀ ਤਾਂ ਬਾਅਦ 'ਚ ਦੇਖਾਂਗੇ, ਪਹਿਲਾਂ ਤਾਂ ਆਪ ਹੀ ਉਹਦੀ ਸਟੇਟਮੈਂਟ ਮੁਤਾਬਕ ਹੀ ਹੋ ਗਿਆ ਵੀ ਸ਼ੱਕ ਦੇ ਘੇਰੇ 'ਚ ਹੀ ਹੋਏਗਾ ਸਰ, ਉਹ ਤਾਂ ਪੁੱਗ ਹੀ ਨਹੀਂ ਸਕਦਾ ਪਨੀਰ। ਠੀਕ ਹੈ, ਤਾਂ ਹੁਣ ਸੈਂਪਲਿੰਗ ਸੈਂਪਲਿੰਗ ਕਰ ਰਹੇ ਹੋ ਫਿਰ ਹੁਣ ਤੁਸੀਂ? ਹਾਂਜੀ, ਸੈਂਪਲ ਅਲੱਗ ਅਲੱਗ ਲੈ ਲਏ ਆ, ਚਾਰ ਸੈਂਪਲ ਲਵਾਂਗੇ ਅਲੱਗ ਅਲੱਗ। ਹਾਂਜੀ, ਰੈਂਡਮ ਚੈੱਕ ਸੈਂਪਲ ਕਰਾਂਗੇ, ਉਹਦੀ ਟੈਸਟਿੰਗ ਕਰਾਵਾਂਗੇ। ਹਾਈਜੀਨ ਦਾ ਇਹਨੇ ਖਿਆਲ ਨਹੀਂ ਰੱਖਿਆ, ਕਿਉਂਕਿ ਫੈਕਟਰੀ ਦੀ ਬਰਫ਼ ਹੈ, ਅੱਧ ਜਿਹੜੀ ਚੀਜ਼ ਆਹ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜ੍ਹਾ ਹੈਗਾ ਕੋਈ, ਇਹ ਪਾਣੀ ਇਹਦੇ ਵਿੱਚ ਨਹੀਂ ਜਾਊਗਾ, ਆਹ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ, ਇਹਦੇ 'ਚ ਤਾਂ ਪਾਣੀ ਸਮਾਉਣਾ ਹੈ ਸਾਰਾ। ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਰੱਖਣ ਵਾਸਤੇ ਆ, ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ, ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ, ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ। ਇਹ ਪੈਕਿੰਗ ਜਿਹੜੀ ਕਰਕੇ ਰੱਖੀ, ਇਹ ਕਿਹੜੇ ਪਨੀਰ ਹੋਊਗਾ ਕਿ ਜਾਂ ਇਹਦਾ ਰੇਟ ਵੱਧ ਹੋਊਗਾ ਜੀ ਪੈਕਿੰਗ ਵਾਲਾ? ਜਿਹੜਾ ਪੈਕਿੰਗ ਵਾਲਾ ਪਨੀਰ ਹੈ ਜੀ, ਇਹ ਲੋਗੋ ਵਗੈਰਾ ਲੱਗਾ ਲੱਗਦਾ ਇਹੀ ਆ ਥੋੜਾ, ਇਹਨੇ ਰੇਟ ਇਹਦੇ 'ਤੇ ਦੇਖ ਲੈਂਦੇ ਹਾਂ ਇਹਦੇ 'ਚ ਕੀ ਰੇਟ ਲਿਖਿਆ। ਵੈਸੇ ਤੁਸੀਂ ਹੈਰਾਨ ਹੋਵੋਗੇ, ਲਾਇਸੈਂਸ ਇਹਦਾ ਹੈਗਾ ਐਕਸਰਸਾਈਜ਼ ਦਾ, ਕਿਤੇ ਵੀ ਤੁਸੀਂ ਦੇਖੋ ਰੇਟ ਕੋਈ ਡੇਟ ਨਹੀਂ ਲਿਖਿਓ, ਨੈੱਟ ਵੇਟ ਮੈਕਸੀਮਮ ਰਿਟੇਲ ਪ੍ਰਾਈਸ ਕੁਛ ਨਹੀਂ, ਬੈਚ ਨੰਬਰ ਯੂਜ਼ ਬਾਈ ਡੇਟ, ਅੱਗੇ ਖਾਲੀ ਖਾਲੀ ਥਾਂ ਤੁਸੀਂ ਭਰ ਲਓ, ਪੜੀ ਦਾ ਹੁੰਦਾ ਨਾ ਪਹਿਲਾਂ ਫਿਲ ਇਨ ਦਾ ਬਲੈਂਕ, ਉਹ ਕਹਿੰਦੇ ਤੁਸੀਂ ਭਰ ਲਓ ਜਿਹੜੀ ਡੇਟ। ਇਹ ਕੰਪਨੀ ਦਾ ਨਾਂ ਲਿਖਿਆ ਪਿਆ ਉੱਪਰ ਜੀ? ਹਾਂਜੀ, ਨਹੀਂ ਉੱਤੇ ਨਹੀਂ, ਸ਼੍ਰੀ ਥੱਲੇ ਲਿਖਿਆ ਜੀ, ਨਾਂਗਲੀ ਥੱਲੇ, ਸ਼੍ਰੀ ਨਾਂਗਲੀ 100% ਪਨੀਰ ਕਹਿੰਦੇ ਆ, 100% 5 ਕਿਲੋ ਦੀ ਪੈਕਿੰਗ ਆ, ਅਤੇ ਆ ਇਹਨਾਂ ਨੇ ਇਹਦੇ ਲਿਖਿਆ ਡਰੈਸ ਲਿਖਿਆ ਨਾ ਪਰਪਲ, ਉਹ ਥੱਲੇ ਡਰੈਸ ਲਿਖਿਆ ਉਹਦੇ 'ਚ। ਗੱਲ ਤਾਂ ਇਹੀ ਆ ਨਾ, ਜਿਸ ਬੰਦੇ ਨੇ ਤੁਹਾਨੂੰ ਪਨੀਰ ਖਾਣਾ ਆ ਉਹਨੂੰ ਪਨੀਰ ਮਿਆਰੀ ਪਨੀਰ ਮਿਲਣਾ ਚਾਹੀਦਾ, ਉਹ ਪਨੀਰ ਦੇ ਪੈਸੇ ਅਦਾ ਕਰਦਾ ਬੰਦਾ ਕੋਈ ਅਤੇ ਨਹੀਂ ਹੋਣਾ ਚਾਹੀਦਾ। ਅਸੀਂ ਇਹ ਕਹਿੰਦੇ ਵੀ ਜਦੋਂ ਲੋਕ ਮਿਆਰੀ ਪਨੀਰ ਖਾਣ ਲੱਗ ਪੈਣਗੇ, ਖਰੀਦਣਾ ਜਿਹੜਾ ਸ਼ੁਰੂ ਕਰਨ ਵਾਲਾ ਜਿਹੜਾ ਖਰੀਦਦਾਰ ਹੈ, ਜਦੋਂ ਉਹ ਲੱਗੂਗਾ ਵੀ ਮੈਂ ਮਿਆਰੀ ਪਨੀਰ ਲੈਣਾ, ਉਦੋਂ ਵੇਚਣ ਵਾਲੇ ਦਾ ਵੀ ਚੱਲਣ ਬੰਦ ਹੋ ਜੂਗਾ, ਕਿਉਂਕਿ ਉਹ ਵੇਚਦਾ ਇਸ ਕਰਕੇ ਆ ਕਿਉਂ ਖਰੀਦਦਾਰ ਆ, ਜਿਹੜਾ ਜਦੋਂ ਮੰਗਣਾ ਹੀ 200 ਰੁਪਏ ਦਾ ਪਨੀਰ ਆ ਲੋਕਾਂ ਨੇ ਜਾ ਕੇ, ਤਾਂ ਫਿਰ ਸਾਰੀ ਚੀਜ਼ ਸਾਹਮਣੇ ਆ ਵੀ ਉਹ ਪਨੀਰ ਕਿੱਦਾਂ ਦਾ ਆ। ਇਹ ਜਿਹੜਾ ਗੁਰਦਾਸਪੁਰ ਤੋਂ ਸ਼ਹਿਰ ਤੋਂ ਪਨੀਰ ਆ ਰਿਹਾ, ਇਹ ਜਿਹੜਾ ਕੀ ਕਹਿੰਦੇ ਲਾਗੇ ਜਿਹੜਾ ਨਾ ਪਿੰਡ ਦੱਸਦੇ ਪਏ ਅਤੇ ਉਹ ਕੀ ਕਹਿੰਦੇ ਲਾਗੇ ਪੈਂਦਾ ਆ, ਅਤੇ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ ਹੈਗਾ ਜਿਹੜੇ ਉੱਥੇ ਗੁਰਦਾਸਪੁਰ? ਦੇਖੋ ਯਾਰ, ਇਹ ਤਾਂ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ, ਮੈਨੂੰ ਤਾਂ ਆਪਣੇ ਜ਼ਿਲ੍ਹੇ 'ਚ ਆਇਆ, ਮੈਂ 3 ਵਜੇ ਦਾ ਖੜ੍ਹਾ ਇੱਥੇ, ਅਤੇ ਉਹ ਦੇਖਣ ਉਹਨਾਂ ਦੇ ਯੂਨਿਟ ਚੱਲਦੇ ਆ, ਹੁਣ ਤਾਂ ਵੈਸੇ ਵੀ ਪਤਾ ਲੱਗ ਜਾਂਦਾ, ਕਈ ਵਾਰੀ ਹੋ ਸਕਦਾ ਨਾ ਪਤਾ ਲੱਗੇ, ਪਰ ਮੈਨੂੰ ਨਹੀਂ ਲੱਗਦਾ ਐਡਾ ਵੱਡਾ ਪਲਾਂਟ ਹੈ ਅਤੇ ਉਹਦਾ ਉਹਨੂੰ ਪਤਾ ਨਹੀਂ ਹੋਏਗਾ। ਕਹਿਣ ਨੂੰ ਗੱਲਾਂ ਕੀ ਪਤਾ ਕਿੰਨੀਆਂ ਗੱਡੀਆਂ ਨਿਕਲਦੀਆਂ ਤਾਂ ਰੱਬ ਹੀ ਜਾਣੇ, ਕਿੰਨਾ ਕਿੱਥੇ ਜਾਂਦਾ ਉਹ ਤਾਂ ਉਹਦੇ ਕਹਿਣ ਨੂੰ ਕੀ ਕਰਨਾ। ਵੱਡੀ ਮਾਤਰਾ ਦੇ ਵਿੱਚ ਸ਼ੱਕੀ ਪਨੀਰ ਜਿਹੜਾ ਹੈ ਉਹ ਗੱਡੀ ਜਿਹੜੀ ਇੱਥੇ ਰੋਕੀ ਆ, ਤਾਂ ਦੇਖੋ ਕਿ ਬਰਫ਼ ਪਨੀਰ ਬਾਰੇ ਉਹ ਸ਼ਰਮਾ ਜੀ ਜਿਹੜੇ ਲੈ ਕੇ ਆਏ ਆ, ਜਿਹਨਾਂ ਨੇ ਜਾ ਕੇ ਥਾਂ ਥਾਂ ਪਨੀਰ ਵੇਚਣਾ ਇਹ, ਉਹ ਆਪ ਹੀ ਦੱਸਦੇ ਆ ਅਤੇ ਜਿਹੜਾ ਪਨੀਰ ਆ ਇਹ 250 ਰੁਪਏ ਜਿਹੜਾ ਕੰਮ ਕਰਦਾ ਸਾਨੂੰ ਅੰਗਰੇਜ਼ੀ ਨਾ ਬੋਲ ਕੇ ਦੱਸ। ਲੋਕ ਸਾਰਾ ਦਰਿਆ ਚ ਧਰਨਾ।
ਮੈਂ ਇੱਕ ਚੀਜ਼ ਸੋਚਦਾ ਮਤਲਬ ਜੇ ਤਾਂ ਇਹ ਬੰਦੇ ਮਿਆਰੀ ਪਨੀਰ 200-250 ਰੁਪਏ ਕਿਲੋ ਵੇਚਣ ਤੁਰ ਪੈਣ ਏਡੀ ਦੂਰੋਂ ਚੱਲ ਕੇ ਜਲੰਧਰ, ਫਿਰ ਇਹ ਸੇਵਾ ਕਰਦੇ ਧੁੰਦ ਚ ਕਿੰਨੀ ਮਤਲਬ ਔਖਾ ਆ। ਨਹੀਂ ਤਾਂ ਅਸੀਂ ਤਾਂ ਦੇਖੋ ਇੱਕ ਦਿਨ ਆ ਗਏ ਆ, ਰੋਜ਼ ਸੇਵਾ ਕਰਦੇ ਸਮਾਜ ਦੀ ਲੋਕਾਂ ਦੀ।
ਤੇ ਜਿਹੜੇ ਘਰ ਬੱਚੇ ਆ ਨਾਲ ਫੈਮਿਲੀ, ਫਿਰ ਉਹ ਕਿੱਥੇ ਜਾਣਗੇ ਜੀ ਦੱਸ ਜੀ? ਤੇ ਜੇ ਸੇਵਾ ਕਰਨਗੇ ਹੁਣ ਦੇਖੋ ਕੀ ਮਗਰ ਬਣੂਗਾ ਜੇ ਬੰਦਾ ਉਹ 'ਚੋਂ ਪ੍ਰੋਫਿਟ ਨਾ ਕੱਢੂਗਾ 50,000 ਰੁਪਈਆ, ਹੈ ਨਾ? ਪ੍ਰੋਫਿਟ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ, ਕਿਉਂਕਿ ਧੰਦਾ ਯੂਨਿਟ ਹੀ ਬੰਦ ਹੋ ਜੂ ਫਿਰ ਤਾਂ। ਮੈਸੇਜ ਕੋ ਲੋਕਾਂ ਨੂੰ ਕੀ ਅਪੀਲ? ਲੋਕਾਂ ਨੂੰ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਛ ਦਿਖਾਇਆ, ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ, ਵਿਆਹਾਂ 'ਚ ਜਾਂ ਫੰਕਸ਼ਨਾਂ 'ਚ ਜਿਹੜਾ ਪਾ ਕੇ ਪਲੇਟਾਂ 'ਚ ਖਾਂਦੇ। ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ, ਜਾਂ 250 ਰੁਪਏ ਵਾਲਾ, 200 ਰੁਪਏ ਹੀ ਕਹੂੰਗਾ, ਉਹ ਪਨੀਰ ਘਰੇ ਲੈ ਕੇ ਆਪਣੇ 5 ਬੱਚਿਆਂ ਲਈ, ਫੈਮਿਲੀ ਮੈਂਬਰ ਲਈ ਲੈ ਕੇ ਜਾਂਦਾ। ਨਹੀਂ, ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200-500 ਹਜ਼ਾਰ ਬੰਦੇ ਦਾ ਫੰਕਸ਼ਨ ਹੋਣਾ, ਉੱਥੇ ਇਹ ਚੱਲਣਾ। ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕ ਪਨੀਰ ਖਾਣਾ ਆ, ਕਿਤੇ ਵੀ ਉਹ ਦੇਖ ਲੈਣ ਵੀ ਕਿੱਡਾ ਕੁ ਮਿਆਰੀ ਪਨੀਰ ਹੈ ਇਹ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਸੰਦੇਸ਼ ਦੇਣਾ ਚਾਹੁੰਦਾ ਵੀ ਪਲੀਜ਼ ਬਈ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਖਾਓ, ਹੋਰ ਚੀਜ਼ਾਂ ਥੋੜੀਆਂ ਹੈਗੀਆਂ ਖਾਣ ਨੂੰ, ਮਤਲਬ ਕਮ ਸੇ ਕਮ ਉਹ ਚੀਜ਼ ਹੋਵੇ। ਤੁਸੀਂ ਪਨੀਰ ਸਮਝ ਕੇ ਖਾ ਰਹੇ ਹੋ ਨਾ, ਪਰ ਤੁਹਾਨੂੰ ਲੱਗ ਰਿਹਾ ਪਨੀਰ ਤਾਂ ਉਸ ਮਿਆਰ ਦਾ ਹੈ ਹੀ ਨਹੀਂਗਾ। ਹਾਂਜੀ, ਤੇ ਕੀ ਇਹ ਜਿਹੜਾ ਪਨੀਰ ਆਪਣੇ ਬੱਚਿਆਂ ਨੂੰ ਵੀ ਖਿਲਾਉਂਦੇ ਹੋਣਗੇ ਜੀ? ਇਹ ਤਾਂ ਇਹ ਦੱਸੇ ਮੈਂ ਹੁਣ ਕੀ ਕਹਿ ਸਕਦਾ ਇਹਦੇ ਬਾਰੇ। ਇਹ ਤਾਂ ਇਹ ਜਾਣਨ ਵੀ ਘਰਾਂ 'ਚ ਜਾਂ ਆਪਣੇ ਫੰਕਸ਼ਨਾਂ 'ਚ ਪਾਉਂਦੇ ਆ ਕਿ ਨਹੀਂ ਪਾਉਂਦੇ, ਤਾਂ ਇਹ ਜਾਣਨ। ਵਿਆਹ ਸ਼ਾਦੀਆਂ ਵਿੱਚ ਜਿਹੜਾ ਪਨੀਰ ਕੈਟਰਿੰਗ ਵਾਲੇ ਵਰਤਦੇ, ਫਿਰ ਇਹ ਸਸਤਾ ਕਰਕੇ ਵਰਤਦੇ ਹੋ? ਕਿਉਂਕਿ ਫਿਰ ਇਹ ਪਨੀਰ ਉਹ ਵੀ ਵਰਤਦੇ ਆ ਜ਼ਿਆਦਾ ਜਿਹਨਾਂ ਨੂੰ ਲੱਗਦਾ ਵੀ ਸਸਤੇ ਭਾਅ 'ਚ ਮਿਲੂਗਾ। ਤੁਹਾਨੂੰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ, ਉਹ ਬਿਹਤਰ ਹੈ। ਤੁਸੀਂ ਕਹੋ ਵੀ ਪਨੀਰ ਅਸੀਂ ਦਿਆਂਗੇ ਤੈਨੂੰ, ਅਸੀਂ ਲਿਆ ਕੇ ਸਮਾਨ ਦਿਆਂਗੇ। ਇਹ ਜਿਹੜਾ ਜੇ ਉਹਦੇ 'ਤੇ ਸੁੱਟ ਦਿੰਦੇ ਹਾਂ ਤੁਸੀਂ ਵੀ ਤੂੰ ਹੀ ਪਨੀਰ ਲਿਆਉਣਾ, ਤੂੰ ਹੀ ਸਾਰਾ ਸਮਾਨ ਖਰੀਦਣਾ, ਅਸੀਂ ਤਾਂ ਤੈਨੂੰ ਉੱਕਾ ਮੁੱਕਾ ਦੇ ਦੇਣਾ, ਉੱਕਾ ਪੁੱਕਾ। ਇਹ ਜਿਹੜਾ ਉੱਕਾ ਪੁੱਕਾ ਲੈ ਡੁੱਬੂਗਾ ਤੁਹਾਨੂੰ, ਇਹਨਾਂ 'ਤੇ ਨਾ ਸੁੱਟੋ ਕੈਟਰਿੰਗ ਵਾਲਿਆਂ 'ਤੇ। ਇਹਨਾਂ ਨੇ ਬਹੁਤ ਘੱਟ ਆ ਮਿਆਰੀ ਪਨੀਰ, ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇੱਦਾਂ ਦਾ ਜਿਹੜਾ ਬਿਲਕੁਲ ਸਭ ਸਟੈਂਡਰਡ ਆ ਉਹ ਖਰੀਦੋਗੇ। ਇਹ ਇਸ ਕਰਕੇ ਕਹਿੰਦੇ ਆ ਵੀ ਤੁਸੀਂ, ਮੈਂ ਬਾਰ ਬਾਰ ਕਹਿੰਦਾ ਵੀ ਹਲਵਾਈ ਨੂੰ, ਕੈਟਰਿੰਗ ਵਾਲੇ, ਕੈਟਰਰ ਨੂੰ ਤੁਸੀਂ ਕਹੋ ਵੀ ਤੂੰ ਸਾਨੂੰ ਲਿਸਟ ਦੇ, ਅਸੀਂ ਸਮਾਨ ਤੈਨੂੰ ਆਪ ਦੇਵਾਂਗੇ। ਤੁਸੀਂ ਲਉਂਗੇ ਤਾਂ ਵਧੀਆ ਹੀ ਲਉਂਗੇ, ਖਰੀਦੋਗੇ ਆਪਣੇ ਘਰ, ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ। ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਦਾ ਵੀ ਇਹ ਜਿਹੜਾ ਕੈਟਰਰ ਆ, ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ 'ਤੇ ਮੈਂ ਜ਼ਿਕਰ ਕੀਤਾ ਸੀ ਵੀ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2,000 ਪੇਟੀ ਜਿਹੜੀ ਉਹਦੀ ਰੋਜ਼ ਵਿਕਦੀ ਹੈ, 2,000 ਪੇਟੀ। ਔਰ ਮੈਨੂੰ ਪਤਾ ਲੱਗਾ ਕਹਿੰਦੇ ਜੀ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ। ਜਿਸ ਬੰਦੇ ਨੂੰ ਯਾਰ 44-40 ਹਜ਼ਾਰ ਰੁਪਇਆ ਰੋਜ਼ ਇੱਕ ਪਾਣੀ ਤੋਂ ਬਚਣ ਲੱਗ ਪਏ ਅਤੇ ਮਹੀਨੇ ਦਾ ਧੰਦਾ ਹੋਵੇ, ਕਈ ਵਾਰੀ ਵੱਧ ਵੀ ਹੋਣਾ। ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ। ਔਰ ਉਹ ਜਿਹੜਾ ਪਾਣੀ 'ਤੇ ਕੋਈ ਮਿਆਰ ਹੀ ਨਹੀਂ ਹੈਗਾ, ਕੋਈ ਐਕਸਪਾਇਰ ਹੀ ਨਹੀਂ ਹੈਗਾ। ਜਿਹੜਾ 200 ਰੁਪਏ ਵਾਲਾ ਕਿਲੋ ਪਨੀਰ ਹੈ, ਜਿਹੜਾ 35 ਰੁਪਏ ਵਾਲਾ ਅਨਾਰ ਦਾ ਜੂਸ ਪੀਂਦੇ ਹਾਂ, ਤੁਸੀਂ ਪਲੀਜ਼ ਜ਼ਰਾ ਸੋਚੋ ਯਾਰ, ਆਪਣੇ ਘਰੇ ਤਜਰਬਾ ਕਰਕੇ ਦੇਖੋ। ਕੁੱਲ ਮਿਲਾ ਕੇ ਇਹ ਵੀ ਜੇ ਸ਼ੁੱਧ ਚੀਜ਼ਾਂ ਖਾਣੀਆਂ ਨਾ, ਤਾਂ ਘਰ ਹੀ ਮਿੱਤਰੋ ਬਣਾਇਆ ਕਰੋ ਪਨੀਰ ਪਨੂਰ, ਘਰ ਹੀ ਕੱਢ ਲਿਆ ਕਰੋ। ਘਰ ਦਾ ਹੀ ਫੂਡ ਸਭ ਤੋਂ ਵਧੀਆ ਹੈ, ਉੱਧਰ ਨੂੰ ਤੁਰਨਾ ਪੈਣਾ ਜੇ ਜੀਂਦੇ ਵੱਸਦੇ ਰਹਿਣਾ, ਤੰਦਰੁਸਤ ਨਿਆਣੇ ਰੱਖਣੇ ਦਾ।